ਕੀ ਪੈਕ ਕਰਨ ਜਾ ਰਹੇ ਆਪਾਂ ਸੋ ਅੱਜ ਆਪਾਂ ਇੱਕ ਟਿਫਨ ਪੈਕ ਕਰਨ ਜਾ ਰਹੇ ਆ ਸਾਡੀ ਡੀਲ ਦੇ ਵਿੱਚੋਂ ਕਿਹੜੀ ਕਿਹੜਾ ਡੀਲ ਕਰੋ ਆਹ ਵਾਲਾ 35 ਵਾਲਾ ਕਰੇ ਸੋ ਇਹ ਚ $5 ਵੱਧ ਗਏ ਇਹ ਜਿਹੜਾ ਪ੍ਰਾਈਸ $5 ਵੱਧ ਚੁੱਕੇ ਨੇ ਸੋ ਠੀਕ ਹੈ ਸੋ $35 ਚ ਕੀ ਆਏਗਾ ਸਭ ਤੋਂ ਪਹਿਲਾਂ ਕੋਈ ਵੀ ਤੁਹਾਡੇ ਪਸੰਦ ਦੀਆਂ ਦੋ ਸਬਜ਼ੀਆਂ ਆਉਣਗੀਆਂ ਭਾਜੀ ਲੈ ਰਹੇ ਨੇ ਅਰਬੀ ਹੈ ਨਾ ਹਾਂਜੀ ਅੱਛਾ ਜੀ ਦੇਖ ਸਕਦੇ ਹੋ ਅਰਬੀ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਰਬੀ ਫਰੈਸ਼ ਹੈ ਸਾਡੀ ਬੜੀ ਭਰ ਭਰ ਕੇ ਪਾਉਂਦੇ ਹਾਂ ਹਾਂਜੀ ਬਿਲਕੁਲ ਭਰ ਭਰ ਕੇ ਪਾਈਦਾ ਜੀ ਕਸਟਮਰਸ ਲਈ ਤਾਂ ਕੁਛ ਵੀ ਕਰੀਦਾ ਸੋ ਦੇਖ ਸਕਦੇ ਹੋ ਸੋ ਦੂਸਰੀ ਸਬਜ਼ੀ ਦਾਲ ਕਹਿ ਰਹੇ ਜੀ ਹਾਂਜੀ ਦਾਲ ਕਹਿ ਰਹੇ ਹਾਂ ਦੇਖ ਸਕਦੇ ਹੋ ਦਾਲ ਤਾਂ ਮੈਂ ਵੀ ਲੱਗ ਰਿਹਾ ਜ਼ਰੂਰ ਜ਼ਰੂਰ ਸੀ ਸੱਚੀ ਦੱਸਾਂ ਮੈਂ 3 ਵਾਰੀ ਇੱਥੋਂ ਖਾਣਾ ਲੈ ਚੁੱਕਾ ਦਾਲ ਸੱਚੀ ਅਸੀਂ ਘਰ ਬਹੁਤ ਲਾਈਕ ਕਰੀਦੀ ਮਤਲਬ ਇਹਦੇ 'ਚ ਮੈਨੂੰ ਇੱਦਾਂ ਲੱਗਦਾ ਜਿੱਦਾਂ ਬਾਹਲੀ ਭਾਰੀ ਨਹੀਂ ਕੀਤੀ ਹੋਈ ਬੇਸਿਕ ਦਾਲ ਹੈ ਅਤੇ ਕੋਈ ਬਹੁਤ ਜ਼ਿਆਦਾ ਕਰੀਮ ਠੋਕੀ ਨਹੀਂ ਹੋਈ ਜਿੱਦਾਂ ਹਾਂਜੀ ਬਿਲਕੁਲ ਤੰਗ ਨਹੀਂ ਕਰਦੀਆਂ ਸਬਜ਼ੀਆਂ ਯਾਰ ਤੰਗ ਨਹੀਂ ਕਰਦੀਆਂ ਘਰ ਵਾਲਾ ਟੇਸਟ ਬਣਾਈ ਜਾਂਦੀ ਸਬਜ਼ੀ ਸੋ ਇਹਨਾਂ ਦਾ ਫਲਾਇਰ ਹੈ ਜੀ ਸੋ ਆਹ ਫਲਾਇਰ ਦੇ ਵਿੱਚ ਸਭ ਕੁਛ $5 ਵੱਧ ਚੁੱਕਿਆ ਹੈ ਫਰੋਮ August 15 ਬਿਕੋਜ਼ ਮਹਿੰਗਾਈ ਵੱਧ ਰਹੀ ਹੈ ਸੋ ਆਹ ਵਾਲਾ ਕੋਂਬੋ ਪੈਕ ਹੋ ਰਿਹਾ ਦੋ ਸਬਜ਼ੀਆਂ ਜਾ ਰਹੀਆਂ ਨੇ $5 ਐਕਸਟਰਾ ਹੋ ਚੁੱਕੇ ਨੇ ਸਾਰਿਆਂ 'ਚ ਅਤੇ ਟਰੱਕਰਸ ਪਾਈ ਟਰੱਕਰਸ ਲਈ ਡੀਲ ਹੈ ਬੇਸਿਕਲੀ ਨਾਲ ਰਾਇਤਾ ਦੇ ਰਹੇ ਹੋ ਹਾਂਜੀ ਰਾਇਤਾ ਕੁਛ ਵੀ ਤੁਸੀਂ ਸੈਲਡ ਲੈ ਸਕਦੇ ਹੋ ਕਿੰਨੀਆਂ ਰੋਟੀਆਂ ਨੇ 20 ਰੋਟੀਆਂ 2 ਸਬਜ਼ੀਆਂ ਰਾਇਤਾ ਜਾਂ ਸਲਾਦ ਹੈ ਨਾ ਦੋਨੋਂ ਚੀਜ਼ਾਂ ਦਾ ਜਾਂ ਰਾਈਸ ਇੱਕ ਚੀਜ਼ ਆਏਗੀ ਸੋ ਤਿੰਨਾਂ ਚੋਂ ਇੱਕ ਚੀਜ਼ ਆਏਗੀ